ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਏ ਜੋ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਨਿਕਲ ਕੇ ਆ ਚੁੱਕਿਆ ਹੈ ਜੀ ਭਰਤੀ ਦਾ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਅਲੱਗ-ਅਲੱਗ ਵੋਕੇਂਸੀਜ਼ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਸੋ ਤੁਸੀਂ ਇਹਦੇ ਲਈ ਜ਼ਰੂਰ ਅਪਲਾਈ ਕਰਨਾ ਹੈ ਜੀ ਕਿੱਦਾਂ ਅਪਲਾਈ ਕਰਨਾ ਹੈ ਕਿ ਕਿ ਰਿਕਰੂਟਮੈਂਟ ਜਿਹੜੇ ਵਿੱਚ ਕ੍ਰਾਈਟੇਰੀਆ ਮੰਗਿਆ ਗਿਆ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਅੱਜ ਇਸ ਵੀਡੀਓ ਵਿੱਚ ਮੈਂ ਦ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਔਰ ਨਾਲ ਦੇ ਨਾਲ ਬੈਲ ਦੀ ਇੱਕ ਬੈਲ ਆਈਕਨ ਵੀ ਦਬਾ ਦਨਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਮਿਲਦੇ ਰਹਿਣ ਇਸੇ ਦੇ ਨਾਲ ਤੁਹਾਨੂੰ ਸਾਰੇ ਲਿੰਕ ਜਿਹੜੇ ਨੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੁੰਦੇ ਨੇ ਜੋ ਕਿ ਸਾਡੀ ਅਫੀਸ਼ੀਅਲ ਵੈਬਸਾਈਟ ਤੇ ਹੁੰਦੇ ਨੇ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ Google ਜਾ ਕੇ ਟਾਈਪ ਕਰੋਗੇ meetacademy.xyz ਫਰਸਟ ਨੰਬਰ ਤੇ ਤੁਹਾਨੂੰ ਜਿਹੜਾ ਇਹ ਜੀ ਮਿਲ ਜਾਏਗਾ ਜੋ ਕਿ Google ਦੇ ਵਿੱਚ ਲਿੰਕ ਹੈ ਔਰ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਡਾਇਰੈਕਟ ਵੀ ਦੇ ਵੀ ਦਵਾਂਗਾ ਇਸ নোਟੀਫਿਕੇਸ਼ਨ ਦਾ ਵੀ ਦਵਾਂਗਾ ਜੋ ਕਿ ਚੰਡੀਗੜ੍ਹ ਪੁਲਿਸ ਦੋਨੋਂ ਹੀ ਨੋਟੀਫਿਕੇਸ਼ਨ ਹੋਣਗੇ ਕਿਉਂਕਿ ਬਾਰ-ਬਾਰ ਕਮੈਂਟ ਆ ਰਹੇ ਨੇ ਸਰ ਲਿੰਕ ਕਿੱਥੇ ਆ ਲਿੰਕ ਕਿੱਥੇ ਹੈ ਲੇਕਿਨ ਇਹ ਵੈਬਸਾਈਟ ਤੁਹਾਡੇ ਲਈ ਬਣਾਈ ਗਈ ਹੈ ਸੋ ਇਹਦੇ ਲਈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਹੋਏਗਾ ਉਹਦੇ ਵਿੱਚ ਪੋਸਟ ਦੇ ਵਿੱਚ ਲਾਸਟ ਜਾ ਕੇ ਤੁਹਾਨੂੰ ਲਿੰਕ ਮਿਲ ਜਾਂਦੇ ਨੇ ਡਾਊਨਲੋਡ ਕਰਨ ਦੇ ਜ਼ਰੂਰ ਚੈੱਕ ਕਰ ਲੈਣਾ ਜੀ ਸੋ ਚਲੋ ਮੈਂ ਤੁਹਾਨੂੰ ਲੈ ਚੱਲਦਾ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਦਿਨਾ ਹੈ ਲੇਕਿਨ ਅਗਰ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ Okay. <laughs> ਸਭ ਤੋਂ ਪਹਿਲਾਂ ਤੁਸੀਂ ਆ ਚੁੱਕੇ ਹੋ ਜੀ ਐਪਲੀਕੇਸ਼ਨ ਫਾਰਮ ਦੇ ਉੱਪਰ ਇਹਦੇ ਲਈ ਆਫਲਾਈਨ ਅਪਲਾਈ ਕਰਨਾ ਹੋਏਗਾ ਤੁਸੀ ਐਪਲੀਕੇਸ਼ਨ ਫਾਰਮ ਜਿਹੜਾ ਤੁਸੀਂ ਇਹ ਦੇਖ ਪਾ ਰਹੇ ਹੋ ਵਿੱਚ ਇਹਦਾ ਪ੍ਰਿੰਟ ਆਊਟ ਤੁਸੀਂ ਲੈ ਲੈਣਾ A4 ਸ਼ੀਟ ਦੇ ਉੱਪਰ ਜੋ ਕਿ ਕਲੀਅਰ ਪ੍ਰਿੰਟ ਆਊਟ ਹੋਣਾ ਚਾਹੀਦਾ ਹੈ ਸੋ ਇਸ ਦੇ ਵਿੱਚ ਤੁਸੀਂ ਕੈਪੀਟਲ ਵਰਡ ਦੇ ਵਿੱਚ ਸਾਰੀ ਡਿਟੇਲ ਫਿਲ ਕਰਨੀ ਹੈ ਇੱਥੇ ਆਪਣੇ ਰੀਸੈਂਟਲੀ ਖਿਚਵਾਈ ਹੋਈ ਇੱਕ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲਗਾਉਂਗੇ ਤੁਸੀਂ ਨੇਮ ਆਫ ਐਪਲੀਕੈਂਟ ਇਹ ਸਾਰਾ ਫਾਰਮ ਹੀ ਤੁਸੀਂ ਕੋਸ਼ਿਸ਼ ਕਰਨਾ ਹੈ ਕਿ ਕੈਪੀਟਲ ਵਰਡਸ ਹੀ ਪਰੋ ਤਾਂ ਕਿ ਕੋਈ ਓਵਰਲੈਪਿੰਗ ਨਾ ਤੁਹਾਡੇ ਵਰਡਸ ਇੱਕ ਦੂਸਰੇ ਨੂੰ ਟੱਚ ਨਾ ਹੋਣ ਸੋ ਉਸ ਤੋਂ ਬਾਅ village sector police station district ਕਿਹੜਾ ਸਟੇਟ ਔਰ ਪਿੰਨ ਕੋਡ ਇਹ ਤੁਸੀਂ ਲਿਖਣਾ ਹੈ ਈਵਨ ਪਰਮਾਨੈਂਟ ਐਡਰੈਸ ਤੁਹਾਡਾ ਹੈ ਤਾਂ ਉਹ ਵੀ ਤੁਸੀਂ ਸੇਮ ਲਿਖਣਾ ਹੈ ਜਿਸ ਦੇ ਵਿੱਚ ਉਸ ਤੋਂ ਬਾਅਦ ਮੋਬਾਈਲ ਨੰਬਰ ਈਮੇਲ ਐਡਰੈਸ ਦੋਨੋਂ ਲਿਖ ਦੇਣੀ ਨੇ ਉਹਨਾਂ ਦੇ ਵਿੱਚ ਮੋਬਾਈਲ ਨੰਬਰ ਲਿਖਣ ਤੋਂ ਬਾਅਦ ਸਲੈਸ਼ ਪਾ ਦੇਣਾ ਔਰ ਅੱਗੇ ਤੁਸੀਂ ਆਪਣੀ ਈਮੇਲ ਐਡਰੈਸ ਲਿਖ ਦੇਣਾ ਜੀ ਪੋਸਟਪੋਰਟ ਫਲਾਈਟ ਜਿਸ ਪੋਸਟ ਲਈ ਅਪਲਾਈ ਕਰ ਰਹੇ ਹੋ ਪੋਸ ਦਾ ਨਾਮ ਐਜੂਕੇਸ਼ਨ ਕੁਆਲੀਫਿਕੇਸ਼ਨ ਜਿਹੜਾ ਤੁਸੀਂ ਲਿਖਣਾ ਹੈ ਜੀ ਕਿਹੜਾ ਐਗਜ਼ਾਮ ਪਾਸ ਕੀਤਾ ਹੈ ਬੋਰਡ ਯੂਨੀਵਰਸਿਟੀ ਕਿਹੜੀ ਸੀਗੀ ਪਾਸਿੰਗ ਈਅਰ ਕੀ ਸੀਗਾ ਔਰ ਤੁਹਾਡੇ ਮਾਰਕਸ ਔਰ ਸਲੈਸ਼ ਪਾ ਕੇ ਪਰਸੈਂਟੇਜ ਲਿਖ ਦੇਣੀ ਹੈ ਕਿੰਨੀ ਬਣਦੀ ਹੈ ਤੁਹਾਡੀ ਠੀਕ ਹੈ ਜੀ ਉਸ ਤੋਂ ਬਾਅਦ ਅਗਰ ਤੁਹਾਡੇ ਕੋਈ ਅਚੀਵਮੈਂਟ ਹੈ ਕੋਈ ਐਕਸਪੀਰੀਅੰਸ ਹੈ ਤੁਸੀਂ ਉਹ ਵੀ ਅਗਰ ਨਾ ਚਾਹਦੇ ਹੋ ਅਟੈਚ ਤਾਂ ਉਹ ਤੁਸੀਂ ਇੱਥੇ ਲਗਾ ਸਕਦੇ ਹੋ ਜੀ ਇੱਕ 셀ਫ ਡੈਕਲੇਰੇਸ਼ਨ ਕਰੋਗੇ ਤੁਸੀਂ ਆਪਣਾ ਇੱਥੇ ਠੀਕ ਹੈ ਜੀ ਔਰ ਅਟੈਚ ਤੁਸੀਂ ਇਹ ਕਰਨ ਨਾਲ ਤੁਸੀਂ ਆਪਣਾ ਰੈਜ਼ਿਊਮ ਜਿਹੜਾ ਕਿ ਇਸੇ ਫਾਰਮ ਦੇ ਨਾਲ ਕਰੋਗੇ ਔਰ ਇੱਥੇ ਡਿਟੇਲ ਭਰ ਦੇਣੀ ਹੈ ਤੁਸੀਂ ਆਪਣਾ ਫੋਨ ਨੰਬਰ ਉਹੀ ਮੈਂਸ਼ਨ ਕਰਨਾ ਜਿਹੜਾ ਵਰਕਿੰਗ ਕੰਡੀਸ਼ਨ ਚ ਹੋਵੇ ਇਸੇ ਦੇ ਨਾਲ ਤੁਸੀਂ ਸਾਰੇ ਡਾਕੂਮੈਂਟਸ 셀ਫ ਟੈਸਟਿਡ ਕਰਕੇ ਨਵਲ ਚ ਪਾ ਕੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਸਾਰੀਆਂ ਲਿਖੀਆਂ ਹੋਈਆਂ ਨੇ ਉਹ ਨੀਚੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਫਾਰਮ ਦੇ ਵਿੱਚ ਸੋ ਮੰਡੀਟਰੀ ਚੀਜ਼ਾਂ ਵੀ ਸਾਰੇ ਮੈਂਸ਼ਨ ਨੇ ਤੁਸੀਂ ਜ਼ਰੂਰ ਇਹ ਚ ਚੈੱਕ ਕਰ ਲੈਣਾ ਜੀ ਬਾਕੀ ਉਹਨੇ ਅਸੀਂ ਗੱਲ ਕਰ ਲੈਣੀ ਹੈ ਕਿ ਜਿਹੜੀ ਪੋਸਟ ਜਿਹੜੀ ਨੇ ਜੀ ਉਹ ਆਊਟ ਹੋਈਆਂ ਨੇ ਉਹ ਸਭ ਤੋਂ ਪਹਿਲਾਂ ਤੋਂ ਚੈੱਕ ਕਰ ਲੈਣੇ ਆ ਇਹ ਨੋਟੀਫਿਕੇਸ਼ਨ ਜਿਹੜਾ ਹੈ ਚੰਡੀਗੜ੍ਹ ਸੈਂਟਰ ਆਫ ਐਕਸਲੈਂਸ ਇਨ ਰੋਡ ਸੇਫਟੀ ਚੰਡੀਗੜ੍ਹ ਰੋਡ ਸੇਫਟੀ ਸੁਸਾਇਟੀ ਵੱਲੋਂ ਆਊਟ ਕੀਤਾ ਗਿਆ ਜੋ ਕਿ ਪੰਜਾਬ ਇੰਜੀਨੀਅਰਿੰਗ ਕਾਲਜ ਸੈਕਟਰ 11 ਯੂਟੀ ਚੰਡੀਗੜ੍ਹ ਵੱਲੋਂ ਹੈ ਰਿਕਰੂਟਮੈਂਟ ਨੋਟੀਫਿਕੇਸ਼ਨ ਹੈ ਜੀ ਇਸ ਦੇ ਵਿੱਚ ਸਭ ਤੋਂ ਪਹਿਲੀ ਵੈਕੈਂਸੀ ਜਿਹੜੀ ਆਊਟ ਕੀਤੀ ਕੀ ਗਈ ਹੈ ਜੀ ਨੈਕਸਟ ਅਗਰ ਗੱਲ ਕਰੀਏ ਟ੍ਰੈਫਿਕ ਰੋਡ ਸੇਫਟੀ ਇੰਜੀਨੀਅਰ ਦੀ ਵੈਕੈਂਸੀ ਹੈ ਜਿਸ ਦੇ ਵਿੱਚ ਤੁਹਾਡੀ 75000 ਸੈਲਰੀ ਰਹਿਣ ਵਾਲੀ ਹੈ ਨੈਕਸਟ ਗੱਲ ਕਰਦਾ ਹੈ ਡਿਜ਼ਾਈਨ ਅਸਿਸਟੈਂਟ ਦੀ ਜਿਹੜੀ ਪੋਸਟ ਆਊਟ ਕੀਤੀ ਗਈ ਹੈ ਜੀ ਉਸ ਦੇ ਵਿੱਚ 40000 ਪਰਮਨ ਤੁਹਾਡੀ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਇਸ ਦੇ ਵਿੱਚ ਸੋ ਇਸ ਦੇ ਵਿੱਚ ਬਾਕੀ ਚੀਜ਼ਾਂ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਏਜ ਲਿਮਿਟ ਦੀ ਗੱਲ ਕਰੀਏ 45 ਸਾਲ ਤੱਕ ਦੇ ਕੈਂਡੀਡੇਟ ਨੇ ਕੁਲੀਗਿਬਲ ਨੇ ਤੇ ਅਪਲਾਈ ਕਰ ਸਕਦੇ ਨੇ ਫਰਸਟ ਪੋਸਟ ਦੇ ਲਈ ਜਿਨ੍ਹਾਂ ਨੇ ਮਾਸਟਰ ਡਿਗਰੀ ਟਰਾਂਸਪੋਰਟ ਪਲੈਨਿੰਗ ਟਰਾਂਸਪੋਰਟੇਸ਼ਨ ਦੇ ਵਿੱਚ ਕੀਤੀ ਹੋਈ ਇੰਜ ਕਰ ਸਕਦੇ ਹਾਂ ਸੈਕਿੰਡ ਪੋਸਟ ਦੇ ਲਈ ਜਿਨ੍ਹਾਂ ਨੇ ਮਾਸਟਰ ਡਿਗਰੀ ਟਰਾਂਸਪੋਰਟੇਸ਼ਨ ਪਲੈਨਿੰਗ ਟਰੈਫਿਕ ਇੰਜੀਨੀਅਰਿੰਗ ਟਰਾਂਸਪੋਰਟੇਸ਼ਨ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਈ ਹੈ AICET ਰੈਕੋਗਨਾਈਜ਼ਡ ਦਾ ਤੁਸੀਂ ਅਪਲਾਈ ਕਰ ਪਾਉਗੇ ਤੇ ਲਾਸਟ ਪੋਸਟ ਦੇ ਲਈ ਜਿਨ੍ਹਾਂ ਨੇ ਡਿਪਲੋਮਾ ਕੀਤਾ ਹੋਇਆ ਹੈ ਆਰਟੈਕਚਰ ਦਾ ਸਿਵਲ ਇੰਜੀਨੀਅਰਿੰਗ ਦਾ ਠੀਕ ਹੈ ਜੀ AICET ਤੋਂ ਰੈਕੋਗਨਾਈਜ਼ਡ ਇੰਸਟੀਚੂਟ ਤੋਂ ਤਾਂ ਅਪਲਾਈ ਕਰ ਸਕਦੇ ਮੈਨੂੰ ਹੁਣ 3 ਸਾਲ ਦਾ ਵਰਕ ਐਕਸਪੀਰੀਅੰਸ ਰਿਕੁਆਇਰਡ ਹੈ ਜੋ ਕਿ ਫੀਲਡ ਆਫ ਟਰੈਫਿਕ ਐਂਡ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ ਅਪਲਾਈ ਕਰਨ ਦੀ ਇਹਨਾਂ ਦੀ ਵੈ ਸੋ ਇਹਦੇ ਵਿੱਚ ਤੁਸੀਂ ਲਾਸਟ ਡੇਟ ਤੱਕ ਦਾ ਵੇਟ ਨਹੀਂ ਕਰਨਾ ਪਹਿਲਾਂ ਹੀ ਜਾ ਕੇ ਅਪਲਾਈ ਕਰ ਲੈਣੇ ਇਨਸਟਰਕਸ਼ਨ ਪ੍ਰੋਪਰਲੀ ਤੁਸੀਂ ਚੈੱਕ ਕਰ ਲੈਣੀਆਂ ਨੇ ਅਪਲਾਈ ਕਰਨ ਤੋਂ ਪਹਿਲਾਂ ਠੀਕ ਹੈ ਜੀ ਔਰ ਕੈਂਡੀਡੇਟ ਜਿਹੜੇ ਨੇ ਆਪਣੀ ਐਪਲੀਕੇਸ਼ਨ ਧਿਆਨ ਨਾਲ ਪਰ ਨਾਮ ਫਾਦਰ ਨੇਮ ਡੇਟ ਆਫ ਬਰਥ ਕੁਆਲਿਫਿਕੇਸ਼ਨ ਫੋਟੋ ਸਿਗਨੇਚਰ ਜਿਹੜੇ ਨੇ ਇੱਕ ਵਾਰੀ ਤੁਹਾਡਾ ਫਾਰਮ ਸਬਮਿਟ ਹੋ ਜਾਏਗਾ ਤਾਂ ਚੇਂਜਸ ਤੁਸੀਂ ਨਹੀਂ ਕਰ ਪਾਉਂਗੇ ਸੋ ਤੁਸੀਂ ਜ਼ਰੂਰ ਧਿਆਨ ਨਾਲ ਕਰਨਾ ਹੈ ਜੇ ਸਬਮਿਟ ਕਰਨਾ ਹੈ ਆਪਣਾ ਠੀਕ ਹੈ ਜੀ ਤੇ ਡਿਊਰਿੰਗ ਵੈਰੀਫਿਕੇਸ਼ਨ ਤੁਹਾਡੀ ਕਿਸੇ ਵੀ ਸਟੇਜ ਤੇ ਸਮੇਂ ਜੀ ਐਪਲੀਕੇਸ਼ਨ ਜਿਹੜੀ ਹੈ ਅਪਾਇੰਟਮੈਂਟ ਹੈ ਉਹ ਕੈਂਡੀਡੇਟ ਜੀ ਬਿਨਾ ਕਿਸੇ ਵੀ ਉਹਦੇ ਉਹ ਨੂੰ ਹਟਾ ਦਿੱਤਾ ਜਾਏਗਾ ਠੀਕ ਹੈ ਜੀ ਪੋਸਟ ਦੇ ਲਈ ਜਿਹੜੇ ਉਹ ਨਹੀਂ ਮੰਨੇ ਜਾਣਗੇ ਔਰ इवन ਕਿ ਅਗਰ ਤੁਹਾਡੇ ਅਗੇਂਸਟ ਕਿਸੇ ਤਰ੍ਹਾਂ ਦਾ ਕੋਈ ਇਨਕਰੈਕਟ ਚੀਜ਼ ਪਾਈ ਜਾਂਦੀ ਹੈ ਕਿ ਤੁਸੀਂ ਫੋਰਜ ਕਰ ਰਹੇ ਹੋ ਕੋਈ ਚੀਜ਼ ਤਾਂ ਉਹਦੇ ਲਈ ਤੁਹਾਡੇ ਅਗੇਂਸਟ ਜਿਹੜੇ ਹੈ ਜੀ ਕ੍ਰਿਮੀਨਲ ਕੇਸ ਵੀ ਲਾਇਅਬਲ ਹੋ ਤਾਂ ਤੁਹਾਡੇ ਅਗੇਂਸਟ ਹੋ ਸਕਦਾ ਹੈ ਜੀ ਐਪਲੀਕੇਸ਼ਨ ਫਾਰਮ ਉਹਨਾ નીચે ਅਟੈਚ ਕੀਤਾ ਹੋਇਆ ਹੈ ਜੀ ਇਸ ਦੇ ਵਿੱਚ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਕੀ ਰਿਸਪੌਂਸਿਬਿਲਟੀ ਔਰ ਮੰਡੀਟਰੀ ਕੁਆਲਿਫਿਕੇਸ਼ਨ ਜਿਹੜੀ ਹੈ ਜੀ ਉਹ ਵੀ ਇੱਥੇ ਮੈਂਸ਼ਨ ਕੀਤੀ ਹੋਈ ਹੈ ਇਹਨਾਂ ਵਿੱਚ ਪ੍ਰੋਫੀਸ਼ੀਐਂਸੀ ਮੰਗੀ ਗਈ ਹੈ ਰਿਟਨ ਸਪੋਕਨ ਇੰਗਲਿ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਔਰ ਤੁਹਾਨੂੰ ਜਿਹੜਾ ਕੁਆਂਟੀਟੇਟਿਵ ਡਾਟਾ ਐਨਾਲਿਸਿਸ ਵੀ ਆਉਣਾ ਚਾਹੀਦਾ ਤੁਹਾਨੂੰ ਨੋਲਿਜ ਹੋਣੀ ਚਾਹੀਦੀ ਹੈ ਜੋ ਕਿ ਰੈਗੂਲੇਸ਼ਨਸ ਦੀ ਸਟੈਂਡਰਡਸ ਦੀ ਜੋ ਕਿ ਗਾਈਡੈਂਸ ਨੇ ਜੋ ਠੀਕ ਹੈ ਜੀ ਔਰ ਪਲਾਨਿੰਗ ਦੇ ਰਿਲੇਟਿਡ ਸੋ ਤੁਹਾਡਾ ਨੋਲਿਜ ਹੋਣਾ ਚਾਹੀਦਾ ਰੂਫ ਸਿਟੀ ਪ੍ਰੈਕਟਿਸਿਸ ਦੇ ਵਿੱਚ ਠੀਕ ਹੈ ਜੀ ਇੰਡੀਆ ਔਰ ਅਬਰਡ ਦੋਨਾਂ ਦੇ ਚੱਲੇਗਾ ਸੋ ਤੁਸੀਂ ਜ਼ਰੂਰ ਚੈੱਕ ਕਰ ਲੈਣਾ ਇੱਕ ਵਾਰੀ ਅਪਲਾਈ ਕਰਨ ਤੋਂ ਪਹਿਲਾਂ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਵਾਂਗਾ ਜੀ ਸੋ ਇਹ ਨੋਟੀਫਿਕੇਸ਼ਨ ਸੀਗਾ ਜਿਹੜਾ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਆਊਟ ਕੀਤਾ ਗਿਆ ਹੈ ਜੀ ਜ਼ਰੂਰਤ ਦੇ ਲਈ ਅਪਲਾਈ ਕਰਨਾ ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਮਿਲਾਂਗਾ ਤੁਹਾਨੂੰ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ